ਸਭ ਤੋਂ ਪਹਿਲਾਂ ਨਵੇਂ ਸਾਲ ਦੀ ਰਾਮ ਰਾਮ ਸਾਰਿਆਂ ਨੂੰ। ਵੀਡੀਓ ਸ਼ੁਰੂ ਹੋ ਚੁੱਕਿਆ, ਵੀਡੀਓ 'ਤੇ ਕਲਿੱਕ ਕਰਨ ਵਾਸਤੇ ਧੰਨਵਾਦ। ਲਾਈਕ ਸ਼ੇਅਰ ਕਮੈਂਟ ਕਰ ਦਿਓ ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਹੜੇ ਨਵੇਂ ਆ। ਅਤੇ ਉਸ ਤੋਂ ਬਾਅਦ ਆਪਣਾ ਦੇਸ਼ ਕਰੇ ਤਰੱਕੀ ਫੁੱਲ ਨਵੇਂ ਸਾਲ 'ਚ। ਅਤੇ ਇੱਕ ਕੰਮ ਜ਼ਰੂਰ ਕਰੇ, ਰੈਡੀਮੇਡ ਸੂਰਜ ਬਣਾਵੇ ਜਿਹੜਾ ਆਹ 2 ਕੁ ਮਹੀਨੇ ਕੰਮ ਲਿਆ ਕਰੂਗਾ ਕਨੀ, ਤਾਂ 2 ਕੁ ਮਹੀਨੇ ਜਿਹੜਾ ਕੰਮ ਦਿਆ ਕਰੂਗਾ। ਅਤੇ ਆਹ ਜਿਹੜੀ ਰੱਬ ਦੀ ਆ ਹਾਲਾਤ ਹੈ ਉਤਲੀ ਸਾਈਡ, ਇਹ ਸਹੀ ਹੋ ਜਾਇਆ ਕਰੂਗੀ। ਤਾਂ ਅਸੀਂ ਆ ਗਏ ਚੁੱਲ੍ਹੇ ਕੋਲ, ਅਸੀਂ ਪਹਿਲਾਂ ਮੈਗੀ ਬਣਾ ਕੇ ਖਾਧੀ, ਨਾਸ਼ਤਾ ਕਰਿਆ, ਫਿਰ ਅਸੀਂ ਧੋਤੇ ਕੱਪੜੇ ਕਿਉਂਕਿ ਸਾਡੇ ਲਾਈਟ ਦੀ ਪ੍ਰੋਬਲਮ ਰਹਿੰਦੀ ਹੈ। ਆਤੀ ਜਾਤੀ ਆਤੀ ਹੈ ਕਭੀ ਜਾਤੀ ਹੈ। ਤਾਂ ਅਸੀਂ ਸੋਚਿਆ ਵੀ ਲਾਈਟ ਹੁਣ ਜੀ ਖੜੀ ਹੈ ਅਤੇ ਆਪਾਂ ਦਵਾ ਦੋ ਕੱਪੜੇ ਧੋ ਦਈਏ। ਅਤੇ ਮਸ਼ੀਨ 'ਚ ਸੁਕਾਏ ਹੋਏ ਆ ਜਿਹੜੇ ਆ ਕੱਲ੍ਹ ਦੇ ਕੱਪੜੇ, ਇਹ ਨਹੀਂ ਸੁੱਕੇ, ਥੋੜ੍ਹੇ ਜਿਹੇ ਪਰਸੋਂ ਵਾਲੇ ਵੀ ਪਏ ਆ। ਤਾਂ ਅਸੀਂ ਫਿਰ 2 ਡਾਲੇ ਅਤੇ ਕੱਪੜੇ ਸਾਡੇ ਬਹੁਤ ਹੁੰਦੇ ਆ, ਬਹੁਤ ਉੱਤੇ ਪਏ ਆ ਧੋਤੇ, ਛੱਤ ਭਰੀ ਪਈ ਹੈ 4 ਚੁਫੇਰੇ, ਅਤੇ ਹਜੇ ਇੱਕ ਅੰਦਰ ਕੁਰਸੀ ਭਰੀ ਪਈ ਹੈ, ਉਹ ਲੈ ਕੇ ਆਊਂਗੀ। ਤਾਂ ਹੁਣ ਬਣਨ ਜਾ ਰਹੀਆਂ ਰੋਟੀਆਂ, ਸਿੰਪਲ। ਅਤੇ ਆਹ ਦੇਖੋ ਆਹ ਕੱਪੜੇ ਪਾਏ ਪਏ ਆ ਛੱਤ 'ਤੇ, ਛੋਟੇ ਛੋਟੇ। ਅੱਜ ਰਾਤ ਨੂੰ ਪਰੀ ਕਰਦੀ ਰਹੀ ਉਲਟੀਆਂ ਅਤੇ ਪਰੀ ਦੇ ਕੱਪੜੇ ਪਾਏ ਆ ਧੋ ਧੋ ਕੇ ਸਾਰੇ। ਆਹ ਦੇਖੋ ਇਸ ਸਾਈਡ ਵੀ ਭਰੀ ਪਈ ਹੈ ਛੱਤ। ਤਾਂ ਪਹਿਲਾਂ ਧੋ ਲਏ ਕੱਪੜੇ ਨਾਸ਼ਤਾ ਕਰਕੇ, ਅਤੇ ਹੁਣ ਬਣਾਵਾਂਗੇ ਰੋਟੀਆਂ। ਅਤੇ ਆਹ ਦੇਖੋ ਆ ਰਿਹਾ ਮੰਜਾ, ਮੰਜਾ ਡਾਵਾਂਗੇ ਇੱਥੇ ਚੁੱਲ੍ਹੇ ਕੋਲ ਇਸ ਜਗ੍ਹਾ 'ਤੇ। ਇਹ ਅੱਗ ਸੇਕਣ ਵਾਲਾ ਚੁੱਲ੍ਹਾ, ਨਾਲੇ ਪਸ਼ੂਆਂ ਨੂੰ ਅੱਗ ਸੁਕਾ ਲੈਂਦੇ ਹਾਂ। ਕੀ ਕਰਦਾ? ਕੁਛ ਵਾਲ ਸੇਕਦਾ, ਨਹਾ ਕੇ ਵਾਲ ਸੇਕਾਉਂਦਾ। ਜਦ ਤਾਂ ਇੱਡੀ ਇੱਡੀ ਹੋਈ ਹੈ ਆਖਿਓ ਸੀ, ਮੈਂ ਕਿਹਾ ਧੁੱਪ ਨਿਕਲਦੀ ਹੈ ਕਟਾਇਆ, ਖੇਡਣ ਹੀ ਖੇਡਣ ਦੇ ਲਾਲਚ ਲੱਗਿਆ ਰਹਿੰਦਾ ਹੈ। ਆਪੂ ਕੀ ਹੋ ਗਿਆ ਹੁਣ? ਪੱਪੂ ਕਹਿੰਦਾ ਠੰਡ ਹੋ ਗਈ ਹੁਣ, ਧੁੱਪ ਨਿਕਲਦੀ ਨਹੀਂ, ਕਹਿੰਦਾ ਅੱਗ ਕੋਲ ਬੈਠਾ ਨਿਕਲਦੀ ਨਹੀਂ। ਪਿੰਡਾਂ 'ਚ ਲੱਗਦੀ ਖੁੱਲ੍ਹੀ ਹਵਾ, ਇਕਦਮ ਖੁੱਲ੍ਹਾ ਖੁੱਲ੍ਹਾ ਥਾਂ ਹੁੰਦਾ, ਖੁੱਲ੍ਹੀ ਹਵਾ ਲੱਗਦੀ। ਗਰਮੀ ਹੁੰਦੀ ਇੱਥੇ ਘੱਟ ਅਤੇ ਸਰਦੀ ਹੁੰਦੀ ਹੈ ਜ਼ਿਆਦਾ। ਸਰਦੀ ਨੂੰ ਤਾਂ ਸ਼ਿਮਲਾ ਹੀ ਬਣ ਜਾਂਦੇ ਹੈ ਨਾ, ਸਰਦੀ ਉੱਧਰ ਜ਼ਿਆਦਾ ਹੁੰਦੀ, ਸ਼ਿਮਲਾ ਬਣ ਜਾਂਦੇ ਹੈ ਨਾ ਸ਼ਿਮਲਾ। ਵੀ ਸਾਡੇ ਪਿੰਡਾਂ ਦੇ ਵਿੱਚ ਗਰਮੀ ਤਾਂ ਇਕਦਮ ਘੱਟ ਹੁੰਦੀ ਹੈ, ਗਰਮੀ ਤਾਂ ਦੁਪਹਿਰ 'ਚ ਹੀ ਹੁੰਦੀ ਹੈ, ਅਤੇ ਜਿੱਥੋਂ ਹੀ ਸ਼ਾਮ ਢੜ ਜੇ ਤਾਂ ਬਸ ਵਧੀਆ ਹੋ ਜਾਂਦਾ ਸਿਸਟਮ। ਅਤੇ ਬਾਈ ਨੂੰ ਪੁੱਛ ਲਓ ਬੋਲਾਂ ਨਹੀਂ, ਹੈ ਨਾ ਬਾਈ? ਅਤੇ ਸਰਦੀ ਵਾਲੀ ਹੁੰਦੀ ਹੈ ਕਿਉਂਕਿ ਆਹ ਖੁੱਲ੍ਹੇ ਪਏ ਹੈ, ਇੱਕ ਇੱਕ ਜਣੇ ਦਾ ਵਿੱਘਾ ਵਿੱਘਾ। ਹਾਂ ਸਰਦੀ ਵਾਲੀ ਹੁੰਦੀ, ਸ਼ਹਿਰਾਂ 'ਚ ਥਾਂ ਭੀੜੇ ਜਿਹੇ ਹੁੰਦੇ ਹੈ। ਆਪਣਾ ਜਿੱਡਾ ਘਰ ਹੈ ਇੰਨੇ ਥਾਂ 'ਚ ਤਾਂ ਉੱਥੇ 100 ਚੱਲਦੇ ਹੈ ਸਿਲੰਡਰ,
ਤੇ ਕਿੰਨੀਆਂ ਲਾਈਟਾਂ ਜਗਦੀਆਂ ਤੇ ਆਪੇ ਆਪਣੇ ਥਾਂ ਖੁੱਲੇ ਹੁੰਦੇ ਆ ਤਾਂ ਕਰਕੇ ਬਥੇਰੇ ਬਣ ਜਾਣ ਆਪਣੇ ਵਾਲੇ ਦੇ ਤਾਂ ਪੂਰਾ ਪਰਿਵਾਰ ਬਿਮਾਰ ਪਿਆ ਜਿੰਨੀ ਇਹਨਾਂ ਦੀ ਦੇਖਭਾਲ ਕਰੋ ਓਨਾ ਹੀ ਜ਼ਿਆਦਾ ਬਿਮਾਰ ਹੋ ਜਾਣ ਰਿੰਕੂ ਬਿਮਾਰ ਅੱਪੂ ਬਿਮਾਰ ਅੱਪੂ ਦਾ ਦਾਦਾ ਬਿਮਾਰ ਲਗਨ ਬਿਮਾਰ ਪਰੀ ਬਿਮਾਰ ਪਿੰਕੂ ਬਿਮਾਰ ਇੱਕ ਮੈਂ ਅਤੇ ਇੱਕ ਜਸ਼ਨ ਇੱਕ ਮੰਨਤ ਅਸੀਂ ਤਿੰਨ ਜਣੇ ਬਚੇ ਹੋਏ ਆ ਵੀ ਅੱਗ ਸੇਕਦੇ ਸੇਕਦੇ ਅਤੇ ਜਸ਼ਨ ਅਤੇ ਅੱਪੂ ਸ਼ਰਾਰਤ ਕਰਦੇ ਆ ਅਤੇ ਇਹਨਾਂ ਨੂੰ ਮੈਂ ਆਖਿਆ ਵੀ ਰਿੰਕੂ ਨੂੰ ਪੁੱਛ ਲਓ ਮੇਰੀ ਮਾਰਨੀ ਤਾਂ ਉਸ ਦਿਨ ਲੱਛੂ ਅੱਡ ਹੁੰਦਾ ਸੀ ਨਾ ਹੈ ਲੜਦੇ ਦੋਨਾਂ ਨੂੰ ਕਹਿ ਕੇ ਆਈ ਵੀ ਲੜਿਓ ਨਾ ਅਤੇ ਮੈਂ ਵੇਖ ਕੇ ਹੋ ਨਹੀਂ ਬਾਹਰ ਰੌਲਾ ਕੀ ਹੋ ਗਏ ਆਉਂਦਿਆਂ ਨਿੱਕਰਾਂ ਪਾਈਆਂ ਹੋਈਆਂ ਸਬਜ਼ੀ ਨਾਲ ਰੋਟੀ ਖਾਧੀ ਨਹੀਂ ਅਤੇ ਅਚਾਰ ਧਰਿਆ ਰੋਟੀਆਂ ਅਤੇ ਲੜਦੇ ਲੜਦੇ ਬਾਹਰ ਤਿੱਕਰ ਕੁੱਕੜਾ ਵਾਂਗੂ ਮੈਂ ਸਮਝਾ ਕੇ ਆਈ ਸੀ ਮੈਂ ਕਿਹਾ ਐਤਕੀ ਗੜੇ ਅੱਗੇ ਤਾਂ ਰਿੰਕੂ ਪਿੰਕੂ ਦੇ ਪੈਂਦੀਆਂ ਐਤਕੀ ਗੜੇ ਪੈਣੀਆਂ ਤੇਰੇ ਅਤੇ ਜੇ ਤੂੰ ਲੜਿਆ ਤਾਂ ਇਹ ਮੈਂ ਵੇਖਿਆ ਤਾਂ ਉਦੋਂ ਵੀ ਜ਼ਿਆਦਾ ਅੱਪੂ ਜਿਵੇਂ ਕਰਦਾ ਨਾ ਕਦੇ ਕਦੇ ਬਾਈ ਨਾਲ ਉਦੋਂ ਵੀ ਜ਼ਿਆਦਾ ਭਾਗ ਲਈ ਖੜਾ ਤਖੜਾ ਮੁੱਕੇ ਅਤੇ ਮੁੱਕਾ ਛੰਡਣ ਵਾਲਾ ਕੰਮ ਕਰਤਾ ਹੋਣਾ ਫਿਰ ਕੀ ਹੋਇਆ ਸੀ ਉਹ ਵੀ ਕਹਾਣੀ ਸੁਣਾ ਦਿਓ ਹੈਂ ਫਿਰ ਮੈਂ ਬਾਹਰੋਂ ਤੁਰੀ ਆਈ ਮੇਰੇ ਪੀੜੀ ਵਾਲਾ ਸੇਰੂ ਆ ਗਿਆ ਹੱਥ 'ਚ ਫਿਰ ਰਿੰਕੂ ਦੇ ਸਿੱਟੀਆਂ ਮੈਂ 5-7 ਅਤੇ 2 ਕੁ ਮਾਰੀਆਂ ਪਿੰਕੂ ਦੇ ਫਿਰ ਲੜਦੇ ਨਾ ਕਦੇ ਵਾਰ ਤਾਂ ਹੀ ਭੱਜ ਕੇ ਦੋਨੇ ਵਾਰੀ ਉੱਠੇ ਵੇਖ ਕੇ ਆਉਂਦੇ ਕਿਤੇ ਮੰਮੀ ਤਾਂ ਨਹੀਂ ਆਈ ਜਾਂਦੀ ਜੇ ਆਈ ਜਾਂਦੀ ਤਾਂ ਮੈਨੂੰ ਕਹਿੰਦੇ ਸੁਣ ਜਾਂਦੇ ਉਹ ਚੁੱਪ ਕਰ ਆ ਗਈ ਆ ਗਈ ਆ ਗਈ ਮੰਮੀ ਆ ਗਈ ਮੰਮੀ ਆ ਗਈ ਉਦੋਂ ਆਪਾਂ ਸੁਖੀ ਸੀਗੇ ਬਾਹਲੇ ਜ਼ਿਆਦਾ ਹੈ ਨਾ ਰਿੰਕੂ ਮੈਂ ਤਾਂ ਰਿੰਕੂ ਇਕੱਲੇ ਰਹਿੰਦਾ ਸੀ ਉਦੋਂ ਸੀ ਬਾਹਲੇ ਸੁਖੀ ਤਾਂ ਜਦੋਂ ਇਹੋ ਜਿਹਾ ਪਾਲਾ ਹੁੰਦਾ ਸੀ ਮੈਂ ਆਪਦਾ ਸਵਾਤ 'ਚ ਬਿਸਤਰਾ ਵਿਛਾ ਕੇ ਪਈ ਰਹਿੰਦੀ ਸੀ ਕਰਕੇ ਕੰਮ ਮੈਂ ਤਾਂ ਜਾ ਕੇ ਘੱਟ ਹੀ ਆਉਂਦੀ ਸੀ ਫਿਰ ਮੈਨੂੰ ਤਾਂ ਉੱਠੀ ਅਤੇ ਇੱਕ ਅੱਧਾ ਗੇੜਾ ਜਿਹਾ ਮਾਰ ਗਈ ਇੱਕ ਦੋ ਕੰਮ ਕਰ ਗਈ ਜਾ ਕੇ ਭੱਜ ਕੇ ਜਾ ਕੇ ਰਜਾਈ ਲੈ ਕੇ ਬਹਿ ਗਈ ਕੋਲੇ ਅੱਗ ਲੈ ਗਈ ਬਾਲ ਕੇ ਫਿਰ ਅੱਗ ਸੇਕਣ ਆ ਜਾਂਦਾ ਰਿੰਕੂ ਉੱਠ ਕੇ ਫਿਰ ਰਿੰਕੂ ਸੇਕ ਸਾਕ ਕੇ ਕਈ ਦਰ ਗੱਲਾਂ ਜਿਹੀਆਂ ਕਰਕੇ ਫਿਰ ਭੱਜ ਜਾਂਦਾ ਕਦੇ ਕੋਈ ਚੀਜ਼ ਖਾ ਲੈਂਦੇ ਬਹਿ ਕੇ ਆਹ ਕੰਮ ਹੈ ਨਹੀਂ ਸੀ ਉਦੋਂ ਆਹ ਕੰਮ ਹੈ ਨਹੀਂ ਠੰਡ 'ਚ ਨਹੀਂ ਜੀ ਠੀਕ ਸਾਰਾ ਉਦੋਂ ਆਹ ਕੰਮ ਹੈ ਨਹੀਂ ਸੀ ਬੜੇ ਸੁਖੀ ਸੀ ਆਹ ਕੰਮ ਜਿਹੜਾ ਇਹ ਆ ਰਿਹਾ ਕੰਮ ਆ ਜੂਮ ਕਰਕੇ ਦਿਖਾਉਣੀ ਹੈ ਲੋ ਵੀ ਆ ਗਿਆ ਦੁਪਹਿਰੇ ਦਾ ਨਾਸ਼ਤਾ ਲਗਨੀ ਵੀ ਖਾਈ ਜਾਂਦੀ ਹੈ ਬਾਈ ਵੀ ਉਸ ਸਾਈਡ ਅੱਪੂ ਵੀ ਇਸ ਸਾਈਡ ਸਾਰੇ ਘਰ ਦੇ ਜਸ਼ਨ ਲਾਉਂਦਾ ਲੱਡੂ ਗੋਪਾਲੂ ਭੋਗ 6:30 ਹੋ ਗਏ ਅਤੇ ਆ ਪਹੁੰਚੇ ਅਸੀਂ ਰਜਾਈਆਂ 'ਚ ਤਿਆਰ ਆਪੂ
ਅੱਪੂ ਕਰਦਾ ਰਜਾਈ ਦੇ ਵਿੱਚ ਇੱਥੇ ਕੁੱਦੇ ਅਤੇ ਆਹ ਬਿਸਤਰਾ ਸਾਡਾ ਮੇਰਾ ਅਤੇ ਜਸ਼ਨ ਦਾ, ਆਹ ਇਹਦੇ ਪਾਪੇ ਦਾ, ਆਹ ਅੱਪੂ ਦਾ ਬਿਸਤਰੇ ਵਿਛਾ ਕੇ ਬੈਠ ਗਏ ਅਤੇ ਉਹ ਲੈ ਆਉਂਦੀਆਂ ਢੇਰ ਸਾਰੀਆਂ ਸਾਬਣਾਂ ਜਿਨ੍ਹਾਂ ਨੂੰ ਕਿਸੇ ਪਾਸੇ ਲਾਉਣਾ ਸੀ ਪਰ ਟਾਈਮ ਨਹੀਂ ਲੱਗਿਆ। ਤਾਂ ਹੁਣ ਕਰਾਂਗੇ ਥੋੜ੍ਹਾ ਜਿਹਾ ਕੰਮ। ਅਤੇ ਆਹ ਦੇਖੋ ਅੱਗ, ਅੱਗ ਲੈ ਕੇ ਆਏ ਅਸੀਂ ਅਤੇ ਅੱਗ ਦੇ ਉੱਤੇ ਕਈ ਕੱਪੜੇ ਸੁਕਾਏ ਜਵਾਕਾਂ ਦੇ, ਅਤੇ ਜਵਾਕ ਹੈ ਜਿਹੜੇ ਕੱਪੜੇ ਉਤਾਰਦੇ ਆ ਜ਼ਿਆਦਾ ਅਤੇ ਕੱਪੜੇ ਗਿੱਲੇ ਸੀ। ਠੰਡੀ ਠੰਡੀ ਕੂਲ 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 ਠੰਡ ਹੋ ਗਈ ਸਾਡੇ ਬਹੁਤ ਜ਼ਿਆਦਾ ਅਤੇ ਅਸੀਂ ਵੀ ਹੁਣ ਬਿਸਤਰਿਆਂ 'ਚ ਵੜਦੇ ਹਾਂ। ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਹੜੇ ਨਵੇਂ ਹੋ, ਅਤੇ ਪੁਰਾਣੇ ਨਵੇਂ ਸਾਰੇ ਕਮੈਂਟ ਕਰਿਓ। ਅੱਜ ਦੀ ਮੰਨਿਓ ਰਾਮ ਰਾਮ, ਕੱਲ੍ਹ ਨੂੰ ਮਿਲਾਂਗੇ ਨਵੇਂ ਵੀਡੀਓ 'ਚ। ਬਾਏ ਬਾਏ, ਅੱਜ ਵਾਲਾ ਐਂਡ ਕਰਾਂਗੇ ਤਾਂ ਕੱਲ੍ਹ ਨੂੰ ਨਵੇਂ ਵੀਡੀਓ 'ਚ ਮਿਲਾਂਗੇ, ਕਿਉਂਕਿ ਅੱਜ ਹੈ ਵੀਡੀਓ ਛੋਟਾ।